ਇਜਾਜ਼ਤ ਹੈ ਜੀ ਜ਼ਿਕਰ ਪਾਕ ਨੂੰ ਕੀਤਾ ਜਾ। ਸੁਬਹ ਦਾ ਆਇਆ ਬੈਠਾ, ਮਿਹਰਬਾਨੀ ਸੈਯਦ ਦੀ, ਇਹਨਾਂ ਸੈਯਦਾਂ ਦੀ ਵੀ ਮਿਹਰਬਾਨੀ, ਲੇਕਿਨ ਇਹਨਾਂ ਤੋਂ ਥੋੜ੍ਹੀ ਜ਼ਿਆਦਾ ਪੀਰ ਆਉਣ ਦੀ ਮਿਹਰਬਾਨੀ, ਜਿਹੜਾ ਉਹਨਾਂ ਹੁਣ ਤਕਲੀਫ ਰੱਖ ਲਈ। ਇਜਾਜ਼ਤ ਸਹੀ ਦਾ ਦਾ ਤੁਹਾਡੀ ਵੀ ਇਜਾਜ਼ਤ ਮਤਲਬ ਹਜ਼ਾਰਾਂ ਸਾਲ ਜੀਓ। ਬਿਲਕੁਲ ਕਰੀਬ ਤੋਂ ਮੈਂ ਜਨਾਬ ਨੂੰ ਰਬਾਈ ਸੁਣਾਵਾਂ, ਦੇਰ ਕਰਾਣੀ ਨਹੀਂ, ਸਈਆਂ ਨੂੰ ਟਾਈਮ ਦੇਵਾਂ ਭਾਈ, ਆਪਣੇ ਨੂੰ ਟਾਈਮ ਦੇਵਾਂ। ਇੱਕ ਨਾ ਛੇੜੋਵੇ ਕੂਫੇ ਤੇ ਸ਼ਾਹੀ ਅਲੀ ਬਾਦਸ਼ਾਹ ਦੀ, ਮੇਰੇ ਆਕਾ ਦੀ ਆਵਾਜ਼ ਆਈ ਹੈ, ਸਲੂਨੀ ਸਲੂਨੀ ਕਬਲ ਅੰਤਬ ਕੇ ਦੂਨੀ, ਪੁੱਛੋ ਪੁੱਛੋ ਮੈਂ ਅਲੀ ਤੋਂ ਪੁੱਛੋ, ਵੇ ਸੋ ਕਬਲ ਮੈਂ ਅਲੀ ਇਹ ਜਹਾਂ ਨਹੀਂ ਛੋੜ ਦੇਵਾ, ਸਦਾ ਤੋਂ ਮੁਮਨੀਨ ਅਦਾ ਦਰਾਂ ਨੇ ਇਮਾਮ ਹੁਸੈਨ ਬਾਦਸ਼ਾਹ। ਪੁੱਛੋ ਪੁੱਛੋ ਮੈਂ ਅਲੀ ਤੋਂ ਪੁੱਛੋ, ਵੇ ਸੋ ਕਬਲ ਮੈਂ ਅਲੀ ਇਹ ਜਹਾਂ ਨਹੀਂ ਛੋੜ ਦੇਵਾ, ਮੈਂ ਅਲੀ ਉਹ ਵਾਂ ਜਿਹੜਾ ਜ਼ਮੀਨਾਂ ਨਾਲੋਂ ਅਸਮਾਨਾਂ ਦੇ ਰਸਤੇ ਬਿਹਤਰ ਜਾਣਨਾ, ਮੈਂ ਅਲੀ ਚਾਹਵਾਂ ਜ਼ਿੰਦਾ ਨੂੰ ਮੁਰਦਾ ਕਰ ਦੇਵਾਂ, ਮੁਰਦਾ ਨੂੰ ਜ਼ਿੰਦਾ ਕਰ ਦੇਵਾਂ, ਮੈਂ ਅਲੀ ਚਾਹਵਾਂ ਮਰਦ ਨੂੰ ਔਰਤ ਕਰ ਦੇਵਾਂ, ਔਰਤ ਨੂੰ ਮਰਦ ਕਰ ਦੇਵਾਂ। ਬੋਲੋ ਸਾਰੇ ਯਾਰ ਹੱਥ ਖੜਾ ਕਰ, ਬੋਲੋ ਹੈਦਰੀ। ਮਾਲਕ ਤੁਹਾਨੂੰ ਵਸਦਿਆਂ ਰੱਖਿਆ, ਅਮੀਰ ਉਲ ਮੁਮਨੀਨ ਨੇ ਦਾਅਵਾ ਕੀਤਾ, ਮਿੰਬਰ ਦੇ ਖੱਬੇ ਪਾਸੇ ਇੱਕ ਬੰਦਾ ਬੈਠੇ ਜਿਹੜਾ ਜੰਪ ਲੈ ਕੇ ਉੱਠਿਆ, ਕਹਿੰਦਾ ਯਾ ਅਲੀ ਇਹ ਕੀ ਪਿਆ ਦੇ ਹੋ, ਕਿਆ ਤੁਸੀਂ ਵਾਕਈ ਜ਼ਮੀਨਾਂ ਨਾਲ ਅਸਮਾਨਾਂ ਦੇ ਰਸਤੇ ਬਿਹਤਰ ਜਾਣਦੇ ਹੋ? ਲਜਪਾਲ ਫਰਮਾਇਆ ਤੈਨੂੰ ਕੋਈ ਸ਼ੱਕ ਏ? ਬੰਦਾ ਮਜਮੇ ਚ ਉੱਠਿਆ ਏ, ਚਲਦਾ ਚਲਦਾ ਆਪਣੇ ਯਾਰਾਂ ਦੋਸਤਾਂ ਦੇ ਸਿਰ ਤੇ ਹੱਥ ਲਾ ਕੇ ਕਹਿੰਦਾ ਸਾਰੇ ਬਾਹਰ ਆ ਜਾਓ, ਬਾਹਰ ਦਰਵਾਜ਼ੇ ਤੇ 24-25 ਬੰਦੇ ਇਕੱਠੇ ਕਰ ਲਏ। ਕਹਿੰਦਾ ਤੁਸਾਂ ਅਲੀ ਮੌਲਾ ਦਾ ਦਾਵਾ ਸੁਣਿਆ? ਉਹਨਾਂ ਕਿਹਾ ਸੁਣਿਆ। ਅਲੀ ਮੌਲਾ ਫਰਮਾਇਆ ਮੈਂ ਅਲੀ ਜ਼ਮੀਨਾਂ ਨਾਲੋਂ ਅਸਮਾਨਾਂ ਦੇ ਰਸਤੇ ਬਿਹਤਰ ਜਾਣਦਾ। ਇਹ ਬੰਦਾ ਬੋਲ ਕਹਿੰਦਾ ਜੇ ਮੈਂ ਅਲੀ ਮੌਲਾ ਦਾ ਇਹ ਦਾਵਾ ਗਲਤ ਸਾਬਤ ਕਰ ਦੇਵਾਂ, ਆਖੋ ਇਹਦੇ ਤੇ ਲਾਨਤ। ਕੋਲ ਇੱਕ ਬਰੋੜਾ ਖੜਿਆ, ਉਸ ਆਖਿਆ ਮਰ ਨੀ ਪਿਓ ਦੇ ਬੱਚੇ ਵਿੱਚ ਹੀ ਲਗਾ ਫਿਰਨੇ, ਮਿੰਤਿਆ ਚ ਪਤਾ ਲੱਗਿਆ ਜੇ ਤੂੰ ਅੱਬਾ ਨਾ ਉਹ ਤੇਰਾ ਅੱਬਾ। ਬੋਲੋ ਸਾਰੇ ਯਾਰ, ਥੋੜਾ ਫਰੈਸ਼ ਹੋ ਕੇ ਪਾਉਣਾ ਤੇ ਤੂੰ ਅਲੀ ਮੌਲਾ ਦਾ ਇਮਤਿਹਾਨ ਲੈਣਾ। ਉਸ ਆਖਿਆ ਬਾਬਾ ਵੇਖ ਲੈ, ਬੋਲੀ ਨਹੀਂ ਆ, ਵੇਖੀ ਕੰਮ ਕੀ ਹੋਊਗਾ। ਬੰਦਾ ਘਰ ਆਇਆ, 24-25 ਬੰਦੇ ਨਾਲ ਲਾਇਆ, ਤਾਰੀਖ ਦਾ ਪਹਿਲਾ ਮੁਰਦਾ ਜਿਸ ਆਪਣਾ ਕਫਨ ਨਾ ਪਾਇਆ, ਆਪਣੇ ਯਾਰਾਂ ਦੋਸਤਾਂ ਨੂੰ ਦੱਸ ਕਹਿੰਦਾ ਮੈਂ ਅਲੀ ਦਾ ਇਮਤਿਹਾਨ ਲੈਣਾ। ਕਿਵੇਂ ਲੈਣਾ? ਬਾਜ਼ਾਰ ਚ ਆਏ, ਆਪਣਾ ਕਫਨ ਖਰੀਦਿਆ, ਮੁਰਦਾ ਬਣ ਗਿਆ ਰੈਡੀਮੇਡ ਮੁਰਦਾ, ਮੰਜੀ ਤੇ ਲੇਟ ਗਿਆ, ਪਿਓ ਨੂੰ ਆਂਦਾ ਚੁੱਕ ਲੈ ਮੈਂ ਮਰ ਗਿਆ। ਲੁਤਫਾ ਜਾਣ ਰੁਬਾਈ ਦਾ, ਜਿਹੜਾ ਬੰਦਾ ਚੁੱਪ ਬੈਠੀ ਹੈ ਨਾਲ ਲਾਉਣ ਨੂੰ ਨਾ, ਤਵੱਜੋ ਮੇਰੇ ਪਾਸੇ ਸਦਾ ਤੋਂ ਮਮਨੀਨ। ਬੰਦੇ ਟੁਰਦੇ ਟੁਰਦੇ ਇਹਦੀ ਉਹਨਾਂ ਚਾਈ, ਜ਼ਿੰਦਾ ਬੰਦੇ ਦੀ ਲਾਸ਼ ਚਾਈ, ਮੋਢੇ ਤੇ ਧਰੀ ਕਲਮਾ ਸ਼ਹਾਦਤ, ਪਾਵੇ ਪੀ ਗਏ ਬਾਬਾ ਜੀ, ਕਲਮਾ ਸ਼ਹਾਦਤ, ਕਲਮਾ ਸ਼ਹਾਦਤ, ਕਲਮਾ ਸ਼ਹਾਦਤ, ਪਿਓ ਪੜਦਾ ਰਿਹਾ ਕਲਮਾ ਸ਼ਹਾਦਤ, 24-25 ਬੰਦੇ ਚਾਈ ਆ ਰਹੇ ਨੇ ਕਲਮਾ ਸ਼ਹਾਦਤ। ਬੰਦੇ ਟੁਰਦੇ ਟੁਰਦੇ ਅਲੀ ਮੌਲਾ ਦੇ ਕੋਲ ਆਏ, ਇਹਦਾ ਪਿਓ ਅੱਗੇ ਵਧੀਆ ਹੈ, ਕਹਿੰਦਾ ਯਾ ਅਲੀ ਮੇਰੇ ਪੁੱਤਰ ਦੀ ਖਵਾਇ ਚਾਈ, ਜੇ ਮੇਰਾ ਜਨਾਜ਼ਾ ਅਲੀ ਬਾਦ ਦਾ ਪੜਾਵੇਂ। ਅਮੀਰ ਉਲ ਮੁਮਨੀਨ ਹਜ਼ਰਤ ਸਲਮਾਨ ਦੇ ਪਾਸੇ ਜਿੱਟਾ ਹੈ, ਫਰਮਾਇਆ ਸਲਮਾਨ ਇਸ ਦਾ ਜਨਾਜ਼ਾ ਪੜਾਉਣਾ ਚਾਹੀਦਾ ਹੈ। ਰਾਜਪਾਲ ਦੇ ਪੈਰਾਂ ਤੇ ਹੱਥ ਲਾ ਕੇ ਸਲਮਾਨ ਫਰਮੇ ਨਹੀਂ, ਮੌਲਾ ਜਿਵੀਂ ਦੀ ਜ਼ਰੂਰੀ ਪੜਾਉਣਾ ਚਾਹੀਦਾ ਹੈ। ਬੋਲੋ ਵਾਲੀ ਵਾਲੇ, ਬੋਲੋ ਵਾਲੀ ਵਾਲੇ, ਹੱਥ ਖੜਾ ਕਰ, ਬੋਲੋ ਹੈਦਰੀ। ਮਾਲਕ ਵਸਿਆ ਰੱਖੇ ਬਾਈ, ਮਾਲਕ ਵਸਿਆ ਰੱਖੇ, ਮੌਲਾ ਇਹਦਾ ਹੁਣੀ ਸ਼ੁਰੂ ਕਰਾਓ। ਅਮੀਰ ਉਲ ਮੁਮਨੀਨ ਫਰਮਾਇਆ ਸਲਮਾਨ ਇਹਨਾਂ ਬੁਰੜਿਆਂ ਦੱਸ ਮੈਂ ਅਲੀ ਹਾਂ, ਇਹਨਾਂ ਬੁਰੜਿਆਂ ਦੱਸ ਮੈਂ। ਹਜ਼ਰਤ ਸਲਮਾਨ ਫਰਮਾਇਆ ਉਹਨਾਂ ਉਹ ਜਾਣਦੇ ਹੋ ਇਹ ਕੌਣ ਹੈ? ਉਹਨਾਂ ਕਹਿ ਜੀ ਅਸੀਂ ਜਾਣਦੇ ਹਾਂ। ਉਹਨਾਂ ਕਿਹਾ ਕੌਣ ਹੈ? ਆਂਦੇ ਨੇ ਜੀ ਇਹ ਮਦੀਨੇ ਵਾਲੇ ਸੈਯਦ। ਫਰਮਾਇਆ ਤੇ ਤੁਸੀਂ ਆਂਦੇ ਨੇ ਅਸੀਂ ਕੂਫੇ ਵਾਲੇ ਹੋ। ਅੱਲਾ ਹੀ ਖੈਰ ਕਰੇ, ਬਾਲਾ ਇਮਤਿਹਾਨ ਲੈਣ ਲੱਗ ਪਏ ਹੋ।
ਤਵਜੋ ਹੈ ਮੇਰੇ ਪਾਸੇ ਮੌਲਾ ਪੜਾਓ ਜਨਾ ਦਾ ਹਜ਼ਰਤ ਸਲਮਾਨ ਫਰਮਾਇਆ ਮੌਲਾ ਦਾ ਇਹੋ ਜਿਹਾ ਪੜਾਵਿਆ ਇਹ ਉੱਠੇ ਨਾ ਅਮੀਰ ਅਲ ਮੋਮਿਨੀਨ ਨੇ ਜਨਾ ਦਾ ਸ਼ੁਰੂ ਕੀਤਾ ਹੈ 24-25 ਬੰਦੇ ਪਿੱਛੇ ਖੜ ਗਏ ਇੱਕ ਬੈ ਨੂੰ ਕੋਣੀਆਂ ਮਾਰ ਕੇ ਆਖ ਰਹੇ ਸਾਡਾ ਦੋਸਤ ਰਿੰਦਾ ਅਲੀ ਮੌਲਾ ਜਨਾ ਦਾ ਪੜਾਈ ਬੈਂਦੇ ਨੇ ਸਾਡਾ ਦੋਸਤ ਰਿੰਦਾ ਅਲੀ ਮੌਲਾ ਜਨਾ ਦਾ ਪੜਾਈ ਬੈਂਦੇ ਨੇ ਹੁਣੇ ਹੁਣੇ ਅਲੀ ਦਾਵਾ ਕੀਤਾ ਮੈਂ ਅਲੀ ਜ਼ਮੀਨਾਂ ਨਾਲ ਅਸਮਾਨਾਂ ਦੇ ਰਸਤੇ ਬਿਹਤਰ ਜਾਣਨਾ ਹੁਣ ਸਾਡਾ ਦੋਸਤ ਰਿੰਦਾ ਅਲੀ ਮੌਲਾ ਜਨਾ ਦਾ ਪੜਾਈ ਬੈਂਦੇ ਨੇ ਅਮੀਰ ਅਲ ਮੋਮਿਨੀਨ ਨੇ ਜਨਾ ਦਾ ਖਤਮ ਕੀਤਾ ਇਸ ਦਾ ਪਿਓ ਬੋਲ ਕੇ ਆਂਦਾ ਇਬਨੇ ਬਤੂਤਾ ਉੱਠ ਜਾ ਪਿਓਨ ਦੱਸ ਗਿਆ ਇਹ ਖੰਗੂਰਾ ਮਾਰੀ ਜਨਾ ਦੇ ਵਿੱਚ ਮੈਂ ਉੱਠ ਬਾਸਾਂ ਤਵਜੋ ਸਲਾਤ ਮੋਮਿਨੀਨ ਕੋਈ ਨਾ ਉੱਠਿਆ ਅਮੀਰ ਅਲ ਮੋਮਿਨੀਨ ਟੁਰ ਪਏ ਨਾਲ ਹਜ਼ਰਤ ਸਲਮਾਨ ਹੀ ਟੁਰ ਪਏ ਇੱਥੋਂ ਬੰਦਾ ਟੁਰਿਆ ਕਫਨ ਚ ਹੱਥ ਰੱਖ ਕੇ ਉੱਠੋ ਅਲੀ ਪੇ ਜਾਂਦੇ ਨੀ ਤਵਜੋ ਸਲਾਤ ਮੋਮਿਨੀਨ ਇੱਥੋਂ ਇੱਕ ਦੋਸਤ ਉਸ ਵੀ ਕਫਨ ਚ ਹੱਥ ਰੱਖ ਕੇ ਉੱਠ ਵੀ ਬੋ ਅਲੀ ਪੇ ਜਾਂਦੇ ਨੀ ਜਨਾਜ਼ਾ ਜੇ ਖਤਮ ਹੋ ਗਿਆ ਉੱਠਦਾ ਕਿਉਂ ਨਾ ਪਿਉ ਕਰੀਬ ਆਏ ਬੰਦਿਆਂ ਨੂੰ ਪਿੱਛੇ ਹਟਾ ਕੇ ਨਾ ਮੇਰਾ ਪੁੱਤਰ ਹੈ ਮੈਂ ਜਗਾਨਾ ਕਰੀਬ ਆਏ ਪੁੱਤਰ ਦੇ ਮੂੰਹ ਤੇ ਕਫਨ ਲਾ ਕੇ ਨਾ ਉੱਠ ਅਲੀ ਪੇ ਜਾਂਦੇ ਨੀ ਹਜ਼ਰਤ ਸਲਮਾਨ 17 ਕਦਮਾਂ ਤੋਂ ਭੱਜ ਪਏ ਦੌੜਦੇ ਹੈ ਸਰਕਾਰ ਸਲਮਾਨ ਇਹਦਾ ਪਿਉ ਦਾ ਗਿਰਵਾ ਨੱਪ ਕੇ ਉਹਦੇ ਮੂੰਹ ਤੇ ਤਮਾਚਾ ਮਾਰ ਕੇ ਨਾ ਹੋਈ ਗੁੰਨਾ ਤਵਜੋ ਹੈ ਮੇਰੇ ਪਾਸੇ ਪਿਆ ਯਾਦ ਹੈ ਸਾਰੇ ਬੋਲੋ ਲਜਪਾਲ ਪਿਆ ਯਾਦ ਹੈ ਸਲਮਾਨ ਫਰਮਾਨ ਜਾਂਦਾ ਮਦੀ ਤੂੰ ਅਜ਼ਮਾਇਸ਼ ਕੀਤੀ ਉਹ ਰੱਖ ਦਿਲ ਵਿੱਚ ਗੱਲੇ ਤੇ ਖਿਆਲ ਉਹ ਜਿਹੜਾ ਹਸਨ ਦੇ ਪਿਉ ਤੇ ਉਹ ਚੱਕ ਕਰਦਾ ਹੁੰਦਾ ਖਾਸ ਆਰਾਮ ਦਾ ਬਾਲ ਇੱਕ ਬਾਰ ਬਿਸਮਿਲਲਾ ਜੀ ਦਵਾਰ ਸਾਹਿਬ ਮਾਲਕ ਇਹਦੇ ਬਦਲੇ ਪਾਕ ਮਾਲਕ 5 ਲੱਖ ਅਦਾ ਕਰੇ ਜਨਾਬ ਨੂੰ ਜੀ ਬਾਈ ਜੀ ਟਾਈਮ ਹੀ ਨਹੀਂ ਇੰਨਾ ਸੈਦ ਨਾਰਾਜ਼ ਨਾ ਕਰਨਾ ਚਾਹੁੰਦਾ ਕਿਉਂਕਿ ਮੁਣ ਵੀ ਟਾਈਮ ਹੀ ਹੋ ਜਾਣਾ ਉਹ ਸੈਦ ਆ ਕੇ ਬਾਈ ਨਹੀਂ ਮੈਂ ਹੀ ਪੜਨਾ ਦੇਰ ਕਰਾਣੀ ਨਹੀਂ ਜਾਤ ਹੈ ਜੀ ਅਸੀਦੇ ਦੀ ਲੋੜ ਨਹੀਂ ਬੰਦੀ ਸੁਣੋ ਬਰਾਮਦਗੀ ਕਹਿੰਦੀ ਸਹੀ ਦਾਦਾ ਸ਼ਹਜ਼ਾਦੀ ਅਲੀ ਅਕਬਰ ਦੀ ਮਾਂ ਮਿਲ ਕੇ ਬੁਲੰਦ ਤਰ ਸਲਵਾਤ ਅੱਲਾਹੁਮਾ ਸੱਲਿ ਅਲਾ ਮੁਹੰਮਦ ਚਲੋ ਇੱਕ ਬਜ਼ੁਰਗਾਂ ਵਾਲੀ ਟੀਪ ਸੁਣ ਲਓ ਉਹਦੇ ਬਾਅਦ ਇੱਕ ਬੰਦ ਤੇ ਮੈਂ ਸਹੀਦ ਨੂੰ ਟਾਈਮ ਦੇ ਦਿੰਦਾ ਜ਼ੁਬਾਨਾਂ ਨੂੰ ਮੁਅੱਤਰ ਕਰੋ ਨਾਲ ਸਲਵਾਤ ਅੱਲਾਹੁਮਾ ਸੱਲਿ ਅਲਾ ਵਿੱਚ ਮੁਸ਼ਕਲ ਦੇ ਜੋ ਹੈ ਸਹੀ ਦਾਦਾ ਜਾ ਤੇ ਜੀ ਹਰਬ ਕੋ ਮਿਲ ਨਹੀਂ ਆ ਮਿਲਵਾ ਖਲਾਵਾਂ ਰੱਬ ਕੋ ਮਿਲ ਨਹੀਂ ਮਿਲਵਾਵਾ ਤੇ ਰੱਬ ਦਾ ਗੜ ਖਲਾਵਾਂ ਰੱਬ ਕੋ ਮਿਲ ਨਹੀਂ ਮਿਲਵਾਵਾ ਤੇ ਰੱਬ ਦਾ ਗੜ ਖਲਾਵਾਂ ਰੱਬ ਕੋ ਮਿਲ ਨਹੀਂ ਮਿਲਵਾਵਾ ਤੇ ਰੱਬ ਦਾ ਗੜ ਖਲਾਵਾਂ ਬੋਲੇ
ਪੜਿਆ ਹੈ ਆਦਾ ਪਿਆ ਅਕਬਰ ਦਾ ਕਾਤਲ ਆ ਦਰਬਾਰ ਚ ਆਇਆ ਤੇ ਯਜ਼ੀਦ ਨੇ ਆ ਗੱਲ ਲਾਇਆ ਬੇਦੀਨ ਹੱਥ ਕਹਿੰਦਾ ਤੈਨੂੰ ਮੂੰਹ ਮੰਗਿਆ ਮੈਂ ਹੀ ਨਾਮ ਦੇਂਦਾ ਤੈ ਹੁਸੈਨ ਦਾ ਜਿਗਰ ਜਿਗਰ ਹਲਾ ਕਰਨ ਮਾਤਮ ਤੇਰੇ ਮਨ ਵਿੱਚ ਮਾਤਮ ਜਾਵੇ ਦੋ ਸਤਰਾਂ ਪੜੀਆਂ ਦੋ ਸਤਰਾਂ ਛੋੜ ਕੇ ਸੈਯਦ ਆਦਮ ਨੂੰ ਟਾਈਮ ਦੇਵਾਂ ਇੱਕ ਹੋਰ ਬੰਦ ਸੁਣਾਵਾਂ ਜਦੋਂ ਅਲੀ ਅਕਬਰ ਦਾ ਕਾਤਲ ਦਰਬਾਰ ਚ ਆਇਆ ਯਜ਼ੀਦ ਆਂਦਾ ਮੈਂ ਸੁਣਦਾ ਆਂ ਹੁਸੈਨ ਦਾ ਪੁੱਤਰ ਵੱਡਾ ਸੋਹਣਾ ਮਰਹਬਾ 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 ਦੇਨ ਤੇ ਮਿਲਾ ਨਾ ਯਾਰ ਆਂਦਾ ਮੈਂ ਸੁਣਦਾ ਆਂ ਹੁਸੈਨ ਦਾ ਪੁੱਤਰ ਵੱਡਾ ਸੋਹਣਾ ਕਿਵੇਂ ਲਾਈ ਸੁਣਿਆ ਸੁਣਾ ਤੇ ਸਹੀ ਕਿਆ ਉਹਦਾ ਚਿਹਰਾ ਡਿੱਠਈ ਹਸੀਨਾ ਦਾ ਜਦੋਂ ਮੈਂ ਬਰਛੀ ਮਾਰੀਏ ਉਹਦੇ ਚਿਹਰੇ ਤੇ ਸੱਤ ਨਕਾਬ ਆਣ ਛਦਾ ਦਾ ਥੱਲੇ ਆਇਆ ਦਾ ਪਹਿਲਾ ਨਕਾਬ ਲਹਾਏ ਮੈਨੂੰ ਨਜ਼ਰ ਨਹੀਂ ਆਇਆ ਦੂਜਾ ਨਕਾਬ ਲਹਾਏ ਮੈਨੂੰ ਨਜ਼ਰ ਨਹੀਂ ਆਇਆ ਜਦੋਂ ਸੱਤਵਾਂ ਨਕਾਬ ਲਹਾਇਆ ਤਾਂ ਮੈਂ ਮੂੰਹ ਭਰਨੇ ਜਾਣ ਪਿਆ ਯਜ਼ੀਦਾਂ ਦਾ ਡਿੱਠਾ ਕੀ ਆਈ ਲੈਨ ਹੱਸਿਆ ਵੇਖਿਆ ਦਾ ਮੈਂ ਭੁੱਲ ਗਿਆ ਓ ਅਕਬਰ ਨਹੀਂ ਕਰ ਬੈਠਾ ਕਤਲ ਨਬੀ ਦਾ ਭਾਨ ਚੜਿਆ ਉਹਦੇ ਸੀਨੇ ਚ ਫਲ ਫਲ ਬਰਛੀ